ਇਹਦਾ ਮਤਲਬ ਇਸ ਨਾਂ ਦਾ ਵੀ ਮਤਲਬ ਹੈ ਚੌਂਦੀਆਂ ਚੌਂਦੀਆਂ ਗੱਲਾਂ ਜਿਹੜੀਆਂ ਅੱਠ ਹਿਜਰੀ ਚ ਮੈਂ ਇਹਦੇ ਵਿੱਚ ਉਹ ਨਕਲ ਕੀਤੀਆਂ ਤੇ ਉਹਨਾਂ ਚੌਂਦੀਆਂ ਚੌਂਦੀਆਂ ਗੱਲਾਂ ਵਿੱਚ ਸ਼ਿਕਾਰੀ ਕੁੱਤੇ ਦੀ ਵੀ ਗੱਲ ਚੌਂਦੀ ਉਹਨਾਂ ਕਿਹਾ ਜਨਾਬ ਉਹ ਮਿਰਜ਼ੇ ਮੁਗਲ ਆ ਗਏ ਸਟੇਜ ਲੱਗ ਗਿਆ ਇੱਕ ਈਸਾਈ ਸਟੇਜ ਉੱਤੇ ਖੜਿਆ ਜਦੋਂ ਸਾਰੀ ਦੁਨੀਆਂ ਹਜ਼ਾਰਾਂ ਦੇ ਬੰਦੇ ਈਸਾਈ ਹੋ ਰਹੇ ਉਹਨੇ ਦਿਲ ਵਿੱਚ ਜੋਸ਼ ਆਇਆ ਫਰ ਜਾ ਲਵਾਹਿਦ ਮਿਨਹੁਮ ਯੰਤਰ ਕਿਸਮ ਨਬੀ ਇੱਕ ਪਾਦਰੀ ਉੱਠਿਆ ਉਹਨੇ ਹਜ਼ੂਰ ਦੇ ਖਿਲਾਫ਼ ਗੱਲ ਕਰ ਦਿੱਤੀ ਇਮਾਮ ਕਹਿੰਦੇ ਭਾਉ ਨਾ ਕਿ ਕਲਬ ਸੈਦ ਮਰਬੂਤ ਹੋ ਸ਼ਿਕਾਰ ਉਸ ਸਟੇਜ ਦੇ ਕਰੀਬ ਇੱਕ ਸ਼ਿਕਾਰੀ ਕੁੱਤਾ ਬੱਧੇ ਹੋਏ ਸੀ ਸ਼ੁਕਰ ਇਹ ਨਹੀਂ ਫਰਮਾਇਆ ਕਲਬ ਨਕੂਰ ਹਲਕਾ ਕੁੱਤਾ ਬੱਧੇ ਲੋਕ ਕਹਿਣਾ ਸੀ ਉਹ ਜੀ ਹਲਕਾ ਧਾਰ ਕੇ ਤੂੰ ਖੱਪ ਕਰਕੇ ਪੈ ਜਾਂਦਾ ਇਹ ਕਿਹੜੀ ਕਮਾਲ ਹੋਇਆ ਵਾਹ ਵਾਹ ਇਮਾਮ ਨੇ ਵੀ ਨਹੀਂ ਲਿਖਿਆ ਬੂੜੀ ਕੁੱਤਾ ਬੱਧੇ ਹੋਏ ਸੀ ਸ਼ਿਕਾਰੀ ਕੁੱਤਾ ਤਾਂ ਲੜਦਾ ਹੀ ਨਹੀਂ ਨਾ ਇਹ ਤਾਂ ਪੱਕੀ ਗੱਲ ਸ਼ਿਕਾਰੀ ਕੁੱਤਾ ਨਹੀਂ ਲੜਦਾ ਠੰਡਾ ਵਿੱਚੋਂ ਵੀ ਨਿਕਲ ਜਾਇਆ ਨਹੀਂ ਲੜਦਾ ਇਮਾਮ ਕਹਿੰਦੇ ਨੇ ਸ਼ਿਕਾਰੀ ਕੁੱਤਾ ਬੱਧੇ ਹੋਏ ਸੀ ਉਹ ਪਾਦਰੀ ਹਜ਼ੂਰ ਦੇ ਖਿਲਾਫ਼ ਗੁਫ਼ਤਗੂ ਸ਼ੁਰੂ ਕੀਤੀ ਕੁੱਤਾ ਐਂ ਸਿੱਧਾ ਖੜਾ ਹੋ ਗਿਆ ਫਤਵਾ ਪੁੱਛਣ ਨਹੀਂ ਗਿਆ ਬਈ ਗੁਸਤਾਖੀ ਹੋਈ ਹੈ ਕਿਆ ਬਾਲ ਕਹਿੰਦਾ ਇਸ਼ਕ ਆਪਣੇ ਫੈਸਲੇ ਕਰਨੇ ਮੈਂ ਖੁਦ ਖੁਦ ਲੇ ਰੋਦਾ ਨਿਸ਼ਾਨੇ ਰਾਜ਼ ਅਕਲ ਹਜ਼ਾਰ ਹੀਲਾ ਮੈਂ ਪੁਰਸ ਕਿਆ ਬਾਤ ਕਿਆ ਬਾਤ ਹਾਂ ਇਕਬਾਲ ਕਹਿੰਦਾ ਜਦੋਂ ਵੀ ਹਜ਼ੂਰ ਦਾ ਪੁੱਤ ਪੁੱਛਣਾ ਅਕਲ ਕੋਲੋਂ ਨਹੀਂ ਪੁੱਛਣਾ ਇਹ ਤੈਨੂੰ ਘਰੋਂ ਵੀ ਨਹੀਂ ਨਿਕਲ ਦੇਗੀ ਹਾਲਾਤ ਨਹੀਂ ਹਾਏ ਹਾਏ ਵਾਹ ਬੇਸ਼ੱਕ ਯਾ ਇਸ਼ਕ ਕਮਾਲ ਹੈ ਯਕ ਫਨਮੇਦਾਰ ਇਕਬਾਲ ਕਹਿੰਦਾ ਜਦੋਂ ਵੀ ਹਜ਼ੂਰ ਦਾ ਪੁੱਤ ਪੁੱਛਣਾ ਇਸ਼ਕ ਕੋਲ ਪੁੱਛਣਾ ਮੈਂ ਕਿਹਾ ਇਕਬਾਲ ਕਿਉਂ ਕਹਿਣ ਲੱਗਾ ਇਹ ਇੱਕ ਹੀ ਫਨ ਮੈਂ ਕਮਾਲ ਰੱਖਤਾ ਹੈ ਕਿ ਮੇਰੇ ਮਹਬੂਬ ਕੀ ਅਜ਼ਮਤ ਔਰ ਸ਼ਾਨ ਕਿਸ ਵਾਹ ਹਾਏ ਕਿਆ ਬਾਤ ਮੋਮਿਨ ਇਸ਼ਕ ਦਾ ਇਸ਼ਕ ਦਾ ਮੋਮਿਨ ਇਸ਼ਕ ਦਾ ਨਾ ਮੁਮਕਿਨ ਹੈ ਮਾ ਮੁਮਕਿਨ ਹੈ ਇਕਬਾਲ ਕਹਿੰਦਾ ਜਿੱਥੇ ਇਸ਼ਕ ਉੱਥੇ ਮੋਮਿਨ ਜਿੱਥੇ ਮੋਮਿਨ ਉੱਥੇ ਇਸ਼ਕ ਦੁਨੀਆ ਜਿਹਨੂੰ ਨਾ ਮੁਮਕਿਨ ਸਮਝੇ ਨਹੀਂ ਹੋ ਸਕਦਾ ਕਿ 12,000 ਸ਼ੈਲ ਪੈ ਹੋਣ ਤੇ ਮੌਲੀ ਖਾਦੇ ਮੂੰਹ ਤੇ ਕੱਪੜਾ ਵੀ ਨਾ ਕਰੇ ਤੇ ਉਹਨੂੰ ਸ਼ੈਲ ਦਾ ਧੂੰਆਂ ਵੀ ਨਾ ਲੱਗੇ ਹੋ ਨਹੀਂ ਸਕਦਾ ਇਕਬਾਲ ਕਹਿੰਦਾ ਦੁਨੀਆ ਜਿਹਨੂੰ ਨਾ ਮੁਮਕਿਨ ਸਮਝੇ ਇਸ਼ਕ ਕਰਕੇ ਵਿਖਾਉਂਦਾ ਇੰਜ ਹੋ ਸਕਦਾ ਕਿ ਨਹੀਂ ਅਕਲ ਸਫਾਕ ਅਸਤੂ ਸਫਾਕ ਤਰ ਜੇ ਅਕਲ ਜ਼ੁਲਮ ਦੇ ਉੱਤਰ ਆਵੇ 20,000 ਫਰਸਾਂ ਆ ਜਾਣ ਸ਼ੈਲ ਆ ਜਾਣ ਨਾਕਾਬੰਦੀਆਂ ਹੋ ਜਾਣ ਇਕਬਾਲ ਕਹਿੰਦਾ ਅਕਲ ਸਫਾਕ ਅਸਤੂ ਸਫਾਕ ਤਰ ਜੇ ਅਕਲ ਜ਼ੁਲਮ ਦੇ ਉੱਤਰ ਆਵੇ ਤੇ ਇਸ਼ਕ ਸਰ ਥੱਲੇ ਨਹੀਂ ਕਰਦਾ ਇਸ਼ਕ ਵੱਡਾ ਦਲੇਰ ਹੋ ਕੇ ਉਹਦੇ ਸਾਹਮਣੇ ਆਉਂਦਾ ਇਸ ਵਾਸਤੇ ਗੱਲ ਕਿਆਮਤ ਤੱਕ ਕਿਸੇ ਨੂੰ ਸਮਝ ਨਹੀਂ ਆਣੀ ਫੈਜ਼ਾਬਾਦ ਹੋਇਆ ਕਿ ਨੰਗੇ ਉਹੀ ਹੋਏ ਜਿਹੜੇ ਦਹਿਸ਼ਤ ਗਰਦ ਹੋ ਗਏ 12,000 ਸ਼ੈਲ ਤੁਸੀਂ ਸੱਟੇ ਦਹਿਸ਼ਤ ਗਰਦ ਸੀ ਫਖਰ ਹੈ ਸਾਨੂੰ ਮੌਲੀ ਖਾਦਮ ਪੂਰਾ ਧੂੰਆਂ ਅੰਦਰ ਲਿਆ ਪੂਰਾ 12,000 ਨਾ ਮੇਰੀ ਅੱਖ ਕਮਜ਼ੋਰ ਹੋਈ ਨਾ ਮੇਰੇ ਗੁਰਦੇ ਨੂੰ ਇੱਕ ਦਿਨ ਗੁਰਦੇ ਨੇ ਗੜਬੜ ਕੀਤੀ ਮੈਂ ਜਾਤ ਰੱਖ ਕੇ ਕਿਹਾ ਮੈਂ ਕਿਹਾ ਬੰਦੇ ਨੇ ਪੁੱਤਰ ਪੜੋ ਸਿੱਧੇ ਸਿੱਧੇ ਮੈਂ ਆਪਣੇ ਗੁਰਦੇ ਨੂੰ ਕਿਹਾ ਮੈਂ ਕਿਹਾ ਸਿੱਧੇ ਹੋ ਜਾਓ ਤੁਸੀਂ ਮੈਨੂੰ ਜ਼ਲੀਲ ਕਰਾ ਦੇਣਾ ਮੈਂ ਹੁਣ ਹਸਪਤਾਲ ਦਾਖਲ ਹੋਇਆ ਤਾਂ ਲੋਕਾਂ ਕਹਿਣਾ ਬਿਲਕੁਲ ਹੋ ਨਾ ਹੋ ਕੋਈ ਨਾ ਕੋਈ ਗੜਬੜ ਜ਼ਰੂਰ ਇਤਨੇ ਦਿਨ ਬਿਮਾਰ ਨਹੀਂ ਹੋਇਆ ਹੁਣ ਕਿੰਝ ਹੋਇਆ ਮੈਂ ਵਾਕਈ ਅੱਜ ਰੱਖ ਕੇ ਨਾ ਜੀ ਗੁਰਦੇ ਨੂੰ ਹੱਥ ਡਾਕਟਰ ਮੈਨੂੰ ਕਿਹਾ ਇਹ ਟੈਸਟ ਕਰਾਓ ਇਹ ਟੈਸਟ ਕਰਾਓ ਮੈਂ ਗੁਰਦੇ ਨੂੰ ਕਹਿੰਦਾ ਤੁਸੀਂ ਸਿੱਧੇ ਹੋ ਜਾਓ ਸਾਹਬਤ ਸ਼ੇਰਾਂ ਨਾਲ ਗੱਲ ਕਰ ਸਕਦੇ ਨਾ ਜਾਂ ਸਮੁੰਦਰਾਂ ਨਾਲ ਰਾਹ ਦੇ ਓਏ ਅਸੀਂ ਮੁਹੰਮਦ ਅਰਬੀ ਦੇ ਹਾਂ ਮੈਂ ਕਿਹਾ ਚਲੋ ਅਸੀਂ ਗੁਰਦੇ ਨਾਲ ਹੀ ਗੱਲ ਕਰ ਲਈਏ ਮੈਂ ਗੁਰਦੇ ਨੂੰ ਕਿਹਾ ਤੁਸੀਂ ਸਿੱਧੇ ਹੋ ਜਾਓ ਮੈਂ ਟੰਗਾਂ ਤੇ ਪਹਿਲੇ ਕੋਈ ਨਹੀਂ ਮੈਂ ਤੁਹਾਨੂੰ ਵੀ ਦੇ ਦੇਣਾ ਤੇ ਮੈਂ ਡਾਇਲਸਿਸ ਤੇ ਲੱਗ ਜਾਣਾ ਤੇ ਸਿੱਧੇ ਹੋ ਜਾਓ ਤੁਸੀਂ ਠੀਕ ਹੋਣਾ ਕਿ ਨਹੀਂ ਹੋਣਾ ਮੈਂ ਹਜ਼ੂਰ ਦਾ ਕੰਮ ਕਰ ਰਿਹਾ ਦੂਸਰੇ ਦਿਨ ਜਨਾਬ ਸਾਰੇ ਗੁਰਦਿਆਂ ਦੇ ਪਹਿਲੇ ਨਾਲ ਵੀ ਤੇਜ਼ ਕੰਮ ਐਲਾਨ ਹੋ ਜਾਣਾ ਮੌਲੀ ਖਾਦਮ ਮਰ ਗਿਆ ਤੇ ਤੁਸੀਂ ਕਹਿਣਾ ਉਹ ਬੜਾ ਅਫਸੋਸ ਹੋਇਆ ਮਰ ਤਾਂ ਇੰਜ ਵੀ ਜਾਣਾ ਚੱਜ ਨਾਲ ਨਾ ਮਰੀਏ ਲਓ ਜੀ ਇਮਾਮ ਕਹਿੰਦੇ ਨੇ ਕੁੱਤਾ ਖੜਾ ਹੋ ਗਿਆ ਸਿੱਧਾ
ਉਹਨੂੰ ਪਤਾ ਲੱਗ ਗਿਆ, ਲੇਕਿਨ ਇਹਨਾਂ ਨੂੰ ਪਤਾ ਨਹੀਂ ਲੱਗਿਆ। ਵਾਹ ਕੁੱਤੇ, ਤੈਨੂੰ ਪਤਾ ਲੱਗ ਗਿਆ ਗੁਸਤਾਖੀ ਹੋ ਰਹੀ, ਤੇ ਅਸੈਂਬਲੀ ਮੈਂਬਰਾਂ ਨੂੰ ਸਮਝਣਾ ਹੈ ਕਿ ਨਬੂਵਤ ਦੱਸਣਾ ਕਿਆ। ਵਾਹ ਕੁੱਤਾ, ਵਾਹ ਕੁੱਤਾ ਕਹਿਣਾ ਵੀ ਮੇਰੀ ਜ਼ਬਾਨ ਕੰਬਦੀ। ਇਮਾਮ ਕਹਿੰਦੇ ਸਿੱਧਾ ਖੜਾ ਹੋ ਗਿਆ, ਫਲੰਮਾ ਅਕਸਰ ਮਿਨ ਜ਼ਾਲਿਕ, ਜਦੋਂ ਹਜ਼ੂਰ ਦੇ ਖਿਲਾਫ ਨੇ ਗੱਲ ਲੰਬੀ ਕੀਤੀ, ਵਸਬਾ ਅਲੈਹਿਲ ਕਲਬ, ਇਮਾਮ ਨੇ ਲਿਖਿਆ ਸੋਨੇ ਦੀ ਜ਼ੰਜੀਰ ਨਾਲ ਬੱਧੇ ਹੋਇਆ ਸੀ, ਸੋਨੇ ਦੇ ਜ਼ੰਜੀਰ ਨਾਲ ਕਿਤਨਾ ਕੀਮਤੀ ਕੁੱਤਾ ਹੋਣਾ, ਸੋਨੇ ਦੀ ਜ਼ੰਜੀਰ ਨਾਲ ਬੱਧਿਆ, ਜਦੋਂ ਉਹਨੇ ਹਜ਼ੂਰ ਦੇ ਖਿਲਾਫ ਗੱਲ ਕੀਤੀ, ਵਸਬਾ ਅਲੈਹਿਲ ਕਲਬ, ਕੁੱਤਾ ਉਛੜਿਆ, ਉਹਨੇ ਜ਼ੰਜੀਰ ਇੰਜ ਸੁੱਟੀ। ਮੈਂ ਕਿਹਾ ਕੁੱਤਿਆ, ਤੈਨੂੰ ਸੋਨੇ ਦਾ ਖਿਆਲ ਨਹੀਂ ਸੀ ਆਇਆ? ਅਸੈਂਬਲੀ ਮੈਂਬਰਾਂ ਨੂੰ ਅਸੈਂਬਲੀ ਦਾ ਖਿਆਲ ਆਇਆ, ਨਬੂਵਤ ਦਾ ਖਿਆਲ ਨਾ ਆਇਆ। ਕਿਆ ਬਾਤ, ਤੈਨੂੰ ਨਹੀਂ ਸੀ ਪਤਾ ਦੁਬਾਰਾ ਸੋਨਾ ਲੱਭਣਾ ਕਿ ਨਹੀਂ ਲੱਭਣਾ? ਇੱਥੇ ਤਾਂ ਕਹਿੰਦੇ ਸਨ ਦੁਬਾਰਾ ਸੀਟ ਪਤਨੀ ਲੱਭਣੀ ਕਿ ਨਹੀਂ ਲੱਭਣੀ, ਅਸੀਂ ਖਤਮੇ ਨਬੂਵਤ ਕੋ ਤਾਂ ਛੋੜ ਸਕਦੇ, ਸੀਟ ਕੋ ਤਾਂ ਨਹੀਂ ਛੋੜ ਸਕਦੇ। ਵਾਹ, ਲੱਖਾਂ ਸਲਾਮ ਕੁੱਤਿਆ ਤੇਰੇ ਉੱਤੇ। ਵਾਹ 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 ਵਾਹ, ਕਿਆਮਤ ਵਾਲੇ ਦਿਨ ਕੁੱਤਾ ਵੀ ਆ ਗਿਆ, ਮੈਂ ਕਹੇਗਾ ਹਜ਼ੂਰ ਮੈਂ ਗਲੇ ਵਾਲਾ ਸੋਨਾ ਨਹੀਂ ਵੇਖਿਆ, ਇਹਨਾਂ ਕਲਮਾ ਪੜ ਕੇ ਸੀਟਾਂ ਵੇਖੀਆਂ। ਅੱਲਾਹੁ ਅਕਬਰ, ਅੱਲਾਹੁ ਅਕਬਰ। ਇਹ ਗੱਲ ਬੜੀ ਅਹਿਸਾਸ ਹੈ ਆਪਣੇ ਅੰਦਰ, ਇਹ ਨਾ ਸਮਝਣਾ ਸੀ ਕੋਈ ਤੁਹਾਡੇ ਕੋਲ, ਮੈਂ ਤਾਂ ਵੈਸੇ ਵੀ ਮੰਗਣ ਦਾ ਕਾਇਲ ਕੋਈ ਨਹੀਂ, ਵੋਟ ਮੰਗਦਾ, ਮੈਂ ਤਾਂ ਤੁਹਾਨੂੰ ਆਰਡਰ ਕਰ ਰਿਹਾ ਕਿ ਪਰਚੀ ਹਜ਼ੂਰ ਦੇ ਦੀਨ ਨੂੰ ਦਿਓ, ਆਰਡਰ ਕਰ ਰਿਹਾ ਤੁਹਾਨੂੰ। ਅੱਜ ਕਿਆਮਤ ਵਾਲੇ ਦਿਨ ਘੋੜੇ ਦੀ ਲਿਦ ਤੋੜ ਪੈਣੀ ਨਾ, ਜਿਹੜਾ ਘੋੜਾ ਵਾਸਤੇ, ਜਿਹੜਾ ਘੋੜਾ ਇਸਲਾਮ ਵਾਸਤੇ ਰੱਖਿਆ, ਉਹਦੀ ਪਿਸ਼ਾਬ ਵੀ ਤੁਰਨਾ ਹੈ ਕਿਆਮਤ ਵਾਲੇ ਦਿਨ ਮੂਮਿਨ ਦੇ ਹੱਕ ਵਿੱਚ, ਤੇ ਕਿਆ ਤੁਹਾਡੀ ਪਰਚੀ ਨਹੀਂ ਤੁਰਨੀ? ਹਾਂਜੀ, ਪਿਸ਼ਾਬ ਘੋੜੇ ਦਾ ਤੁਰਨਾ, ਤੇ ਜਿਹੜੀ ਪਰਚੀ ਹਜ਼ੂਰ ਦੀ ਖਤਮ ਨਬੂਵਤ ਵਾਸਤੇ ਗਈ, ਉਹਦਾ ਵਜ਼ਨ ਕਿਤਨਾ ਬਣ ਜਾਣਾ? ਅਸੀਂ ਇਹਨਾਂ ਨੂੰ ਗਾਲ ਨਹੀਂ ਕੱਢਣੀ, ਨਾ ਇਹਨਾਂ ਤੇ ਲਾਨਤ ਭੇਜਣੀ, ਬਸ ਪਰਚੀ ਇੱਕ ਹਜ਼ੂਰ ਦੇ ਦੀਨ ਨੂੰ ਐਂਡ ਦੇਵੇ ਪਾਕਿਸਤਾਨੀ, ਇਹਨਾਂ ਦਾ 2018 ਸਾਰਿਆਂ ਦਾ ਸਫਾਇਆ ਹੋ ਜਾਏ, ਐਲਾਨ ਹੋ ਜਾਏ, ਗੁਨਾਹਗਾਰ ਜ਼ਰੂਰ ਆ ਪੁੱਤਰੋ, ਗੱਦਾਰ ਨਹੀਂ। ਇਹਨਾਂ ਸਈਦਾਂ ਨੂੰ ਪਰਚੀ ਦਿਓ, ਸਈਦ ਮੈਦਾਨ ਵਿੱਚ ਜਾਣ ਦਾ। ਹਾਂ, ਅਸੀਂ ਵੈਸੇ ਤਾਂ ਨਾਲ ਐਵੇਂ ਸੂਏ ਕਤਾਰ ਵੀ ਕਿਛਾ ਨਾਕਾ, ਅਸੀਂ ਤਾਂ ਐਵੇਂ ਉਠਣੀ ਬਗੈਰ ਨਾਕੇ ਦਾ ਨਕੇਲ ਤੋਂ ਤੁਰਨੀ ਹੋਈ, ਵੀ ਚਲੋ ਜੀ ਅਸੀਂ ਵੀ ਲੈਣ 'ਚ ਲੱਗਿਆ, ਕੰਮ ਸਈਦਾਂ ਦਾ, ਤੁਸੀਂ ਮੈਦਾਨ ਵਿੱਚ ਆਓ, ਅਸੀਂ ਤੁਹਾਡੇ ਨਾਲ ਖੜੇ ਹਾਂ, ਸਾਡੀ ਡਿਊਟੀ ਮਸੀਤੀ ਆ, ਤੇ ਤੁਸੀਂ ਰਾਤ ਦੇਣਾ ਤੁਹਾਡੀ ਮਸਜਿਦ ਦੇ ਝਾੜੂ ਦਿੰਦੇ ਰਹੋ, ਅਸਾਂ ਜਾਂ ਬਾਦਸ਼ਾਹੀ ਮਸਜਿਦ ਦਾ ਝਾੜੂ ਲਾ ਦੇਣਾ, ਮੈਂ ਪੂਰੇ ਦਿਨ ਦੀ ਡਿਊਟੀ 'ਚ ਦੇਣੀ, ਹਾਂ ਤੇ ਮੈਂ ਵੀਰ ਜੇਰ ਨਾਲ ਵੀ ਝਾੜੂ ਦਿੰਦੇ ਰਹੋ। ਹੋਰ ਕੀ ਕਰ ਰਿਹਾ ਤੁਸੀਂ, ਕੀ ਸਮਝਦੇ ਅਸੀਂ ਸੰਭਲੀਆਂ ਵਾਸਤੇ ਲੱਗ ਪੈਂਦੇ ਹਾਂ? ਨਾ ਨਾ, ਇਹ ਗੱਲਾਂ ਨਹੀਂ, ਤੁਹਾਨੂੰ ਕੋਈ ਗਲਤ ਫਹਿਮੀਆਂ ਪਾਈਆਂ ਜਾ ਰਹੀਆਂ, ਅਸੀਂ ਸਿਰਫ ਹਜ਼ੂਰ ਦੀ ਇੱਜ਼ਤ ਵਾਸਤੇ ਆ ਰਹੇ ਹਾਂ, ਔਰ ਅਸੀਂ ਇਹਨਾਂ ਨੂੰ ਜਵਾਬ ਦੇਣਾ, ਟਰੰਪ ਨੂੰ ਵੀ ਜਵਾਬ ਦੇਣਾ, ਮੋਦੀ ਨੂੰ ਵੀ ਜਵਾਬ ਦੇਣਾ, ਖਤਮੇ ਨਬੂਵਤ ਦੇ ਸਾਰੇ ਗੱਦਾਰਾਂ ਨੂੰ ਜਵਾਬ ਦੇਣਾ। ਬਸ ਭਾਈ, ਬਸ 70 ਸਾਲ ਇੱਟਾਂ ਵਾਸਤੇ ਪਰਚੀ ਦਿੱਤੀ, ਗਲੀਆਂ ਵਾਸਤੇ ਦਿੱਤੀ, ਬਿਜਲੀ ਵਾਸਤੇ ਦਿੱਤੀ, ਇਹ ਪਰਚੀ ਮੁਹੰਮਦ ਅਰਬੀ ਦੀ ਨਾਮੂਸ ਔਰ ਖਤਮੇ ਨਬੂਵਤ। ਲਓ ਜੀ, ਕੁੱਤਾ ਉਹਨੇ ਜੰਪ ਲਾਇਆ, ਸੋਨੇ ਦਾ ਜ਼ੰਜੀਰ ਤੋੜਿਆ, ਸਟੇਜ ਤੇ ਜਾ ਚੜਿਆ, ਜਿਹੜਾ ਪਾਦਰੀ ਗੱਲ ਕਰ ਰਿਹਾ ਸੀ ਨਾ, ਫਖਸ਼ਾ ਮਾਹੂ, ਉਹਨੇ ਉਹਨੂੰ ਚੰਡ ਮਾਰੀ, ਕਹਿਣ ਲੱਗਾ ਹੋਸ਼ ਕਰੋ, ਇਹ ਡਿਊਟੀ ਅੱਜ ਮੇਰੀ ਲਈ। ਲਓ ਜੀ, ਇੱਥੇ ਸਦਰ ਤੋਂ ਲੈ ਕੇ ਚਪੜਾਸੀ ਤੱਕ ਸਾਰੇ ਮੁਸਲਮਾਨ ਤੇ ਮੁਮਤਾਜ਼ ਕਾਦਰੀ ਤਖਤਦਾਰ ਉੱਤੇ, ਸਦਰ ਤੋਂ ਲੈ ਕੇ ਸਾਰੇ ਥੱਲੇ ਤੱਕ ਕਲਮਾ ਹਜ਼ੂਰ ਦਾ ਪੜ੍ਹਦੇ ਨੇ, 12,000 ਸ਼ੈਲ ਉਹਨਾਂ ਤੇ ਸੁੱਟ ਦਿੱਤੇ ਜਿਹੜੇ ਖਤਮ ਨਬੂਵਤ ਵਾਸਤੇ ਬੈਠੇ ਸੀ, ਤੇ ਜਿੱਥੇ ਇੱਕ ਵੀ ਮੁਸਲਮਾਨ ਕੋਈ ਨਹੀਂ ਸੀ, ਉਸ ਕੁੱਤੇ ਨੂੰ ਕਿਤਨੀ ਕੁੱਟ ਪਈ ਹੋਣੀ। ਮੇਰੇ ਬਜ਼ੁਰਗ ਫਰਮਾਉਂਦੇ ਸਨ, ਜਦੋਂ ਤੂੰ ਇਹ ਵਾਕਿਆ ਬਿਆਨ ਕਰੇ ਨਾ, ਤੇ ਪੜ੍ਹਿਆ ਜ਼ਰੂਰ ਕਰ, ਜਦੋਂ ਕੁੱਤੇ ਨੂੰ ਕੁੱਟ ਰਹੇ ਸਨ ਨਾ, ਤੇ ਕੁੱਤਾ ਜ਼ਬਾਨ ਦੇ ਹਾਲ ਨਾਲ ਕਹਿ ਰਹੇ ਸੀ, ਮਾਰੋ ਮਾਰੋ ਮਾਰ ਮਕਾਓ, ਤੇ ਮੇਰਾ ਇਸ਼ਕ ਨਸ਼ੇ ਵਿੱਚ ਆਇਆ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਕੁੱਤੇ ਨੂੰ ਉਹਨਾਂ ਕੁੱਟਿਆ ਚੰਗਾ, ਤੇ ਫਖਲਸੂ ਮੈਨੂੰ ਉਹਨਾਂ ਕੁੱਟ ਕੱਟ ਕੇ ਨਾ, ਹੁਣ ਤਾਂ ਕੇਵੜੇ ਦਾ ਰਸਾ ਵੀ ਉਹਨਾਂ ਪਾਇਆ ਹੋਣਾ, ਹਾਂਜੀ, ਉਹਦੀਆਂ ਟੰਗਾਂ ਵੀ ਬੰਦ ਦਿੱਤੀਆਂ ਹੋਣੀਆਂ। ਭਾਈ, ਇਹ ਕੁੱਤਾ ਤਾਂ ਬੜਾ ਖਤਰਨਾਕ ਹੈ, ਇਹ ਤਾਂ ਪੈ ਜਾਂਦਾ ਮਸਜਿਦ ਲੋਕਾਂ ਨੂੰ ਵੀ ਪੈ ਜਾਂਦਾ, ਇਹ ਮੁਅੱਜ਼ਜ਼ ਲੋਕਾਂ ਨੂੰ ਵੀ ਪੈ ਜਾਂਦਾ। ਉਹਨਾਂ ਦੁਬਾਰਾ ਬੰਦ ਦਿੱਤਾ, ਫਕਾਲ ਆਬਾਦ ਮਨ ਅਦਰ ਹਾਜ਼ਾ ਬਿਕਲਾਮਿਕ ਫੀ ਮੁਹੰਮਦ। ਵਾਹ ਵਾਹ, ਬਜਾਏ ਇਸ ਦੇ ਕਿ ਸਾਡੇ ਨਾਲ ਖੜੇ ਹੁੰਦੇ ਕਿ ਜਨਾਬ ਤੁਸੀਂ ਲਾਹੌਰੋਂ ਚੱਲ ਕੇ ਫੈਜ਼ਾਬਾਦ ਕਿਉਂ ਆਏ ਹੋ, ਉਹ ਕੰਟੇਨਰ ਕਿਉਂ ਸੁੱਤੇ ਰਹੋ, ਮੰਡੀ ਮਰੀ ਦੀ ਠੰਡੀ ਹਵਾ ਕਿਉਂ ਖਾਧੀ, ਹਜ਼ਰਤ ਵੀ ਇੰਨੇ ਧੋਤੀ ਬੰਨ ਕੇ ਉੱਥੇ ਤਸ਼ਰੀਫ ਲਿਆ, ਇੰਜ ਜਨਾਬ ਮੈਂ ਕੋਈ ਨਾ ਸਰਦੀ ਨਹੀਂ ਲੱਗਦੀ, ਮਜਮੇ ਵਿੱਚ ਆ ਕੇ ਬਹਿ ਗਿਆ ਥੱਲੇ, ਸੁਭਾਨ ਅੱਲਾਹ। ਹਾਜ਼ਰੀਨ ਜੋ ਬੰਦੇ ਖੜੇ ਹੋ ਗਏ, ਉਹਨਾਂ ਕਿਹਾ ਯਾਰ ਕੁੱਤਾ ਤੈਨੂੰ ਤਾਂ ਤਾਂ ਨਹੀਂ ਲੜਿਆ, ਤੂੰ ਹਜ਼ੂਰ ਦੇ ਖਿਲਾਫ ਗੱਲ ਕੀਤੀ,
وہ کہنے لگا کلا بل حاضر کلب عزیز النصرانی یشیر بیدی فضنانی یرید ان اضرب. وہ کہنے لگا نہیں اس کتے کو کیا پتا تھا یہ تو کتا ہے. میں نے کہا پھر لڑیا کیوں میں؟ میں نے کہا یہ تھا عزیز النفس بڑا غیرت والا. میں تقریر کر رہی تھی تقریر کر دیا میرا اشارہ اس کتے کی طرف ہو گیا. یہ میرا اشارہ نہ برداشت کر سکیا کہ سونے کا زنجیر توڑ کے میں پہ گیا. ثم عاد الى ما كان فيه. امام کہنے لگا پادری پھر سٹیج پہ چڑھیا دوبارہ حضور کے خلاف گل کی تھی فاطال اور گل سے لمبی کی تھی فوسب القلب مرۃ اخرى. انہیں دوبارہ پیروں کی رسیاں تے گڑے کی رسیاں پھر ساری توڑ دیتی اور جا کے پھر سٹیج پہ چڑھیا. ہن انہوں نے چڑھ نہیں ماری فقبض على زردمته. انہوں نے گردن لمبی اور لوگ دے آن تو پہلے فقلا اس کا سر تن سے لگا. ممتاز قادری اس عمل نال پوری دنیا ناموس رسالت مسئلہ اجاگر ہویا. ساڈے فیض آباد برانڈ نال بچے جڑے پیدا ہو رہے ہیں نا باویں انہاں دی اجے زبان نہیں انہاں کھلی تاں وی انج انج کردے تاج دارے. اللہ اکبر.